ਗਵਰਨਮੈਂਟ ਆਫ ਇੰਡੀਆ ਨੂੰ ਮੇਰੇ ਵੱਲੋਂ ਵੀ ਲੈਟਰ ਗਈ ਹੈ ਔਰ ਸੀਐਮ ਸਾਹਿਬ ਵੱਲੋਂ ਵੀ ਦੋਨਾਂ ਵੱਲੋਂ ਸਾਡੀ ਲੈਟਰਸ ਗਈਆਂ ਨੇ ਕਿ ਜਿਹੜਾ ਸਟੇਟ ਦਾ ਇੰਟਰਨਲ ਮੈਟਰਸ ਨੇ ਕਿ ਜਿਹੜੀ ਸਿਕਿਉਰਿਟੀ ਆ ਉਹ ਸਟੇਟ ਗਵਰਨਮੈਂਟ ਦਾ ਸਬਜੈਕਟ ਅਤੇ ਜਿਹੜਾ ਬਾਰਡਰ ਦੀ ਆ ਉਹ ਗਵਰਨਮੈਂਟ ਆਫ ਇੰਡੀਆ ਦੀ ਔਰ ਉਹਨਾਂ ਨੇ ਕਰਨੀ ਜਿਹੜੀ ਫੈਂਸਿੰਗ ਆ ਉਹਦੇ ਉੱਤੇ ਜਿਹੜੀ ਕੰਡੇਦਾਰ ਤਾਰ ਲੱਗੀ ਆ ਉਹਦਾ ਜਿਹੜਾ ਫਸਟ ਡਿਫੈਂਸ ਲਾਈਨ ਹੈ ਉਹ ਗਵਰਨਮੈਂਟ ਆਫ ਇੰਡੀਆ ਦਾ ਜਿਹੜਾ ਪੈਰਾਮਿਲਟਰੀ ਫੋਰਸਿਸ ਕਰਨ ਜਾਂ ਆਰਮੀ ਕਰੇ ਉਹਨਾਂ ਦਾ ਉਹ ਤੋਂ ਅੱਗੇ ਆ ਕੇ ਸਾਡਾ ਜਿਹੜਾ ਅਸੀਂ ਦੇਖਣਾ ਕਿ ਆਪਣੀ ਸਟੇਟ ਦੇ ਵਿੱਚ ਅਸੀਂ ਕਿਵੇਂ ਲਾਅ ਐਂਡ ਆਰਡਰ ਰੱਖਣਾ ਕਿੱਥੇ ਕੀ ਕਰਨਾ ਤੁਸੀਂ ਇਹ ਕੱਲ੍ਹ ਹੀ ਦੇਖਿਆ ਹੋਣਾ ਕੱਲ੍ਹ ਸਾਡੀ ਤਰਨ ਤਾਰਨ ਖਿਮਕਰਨ ਦੇ ਕੋਲ ਜਿਹੜੇ ਫੜੇ ਨੇ ਅਸੀਂ ਵੈਪਨਸ ਉਹ ਅਕਰੋਸ ਦਾ ਫੈਂਸਿੰਗ ਖੜ੍ਹੇ ਨੇ ਅਤੇ ਤਾਰ ਤੋਂ ਅਗਲੀ ਸਾਈਡ ਤੋਂ ਜਾ ਕੇ ਪੰਜਾਬ ਪੁਲਿਸ ਦੀ ਇਨਪੁੱਟ ਸੀਗੀ ਔਰ ਪੀ ਐੱਸ ਐੱਫ ਨੂੰ ਨਾਲ ਲੈ ਕੇ ਅਤੇ ਉੱਥੇ ਅਸੀਂ ਇਹ ਜਿਹੜਾ ਜਾ ਕੇ ਓਪਰੇਸ਼ਨ ਕੀਤਾ ਅਤੇ ਜੇ ਇਹ ਕਹੀਏ ਕਿ ਪੰਜਾਬ ਦੇ ਵਿੱਚ ਪੰਜਾਬ ਦੀ ਫੋਰਸ ਜਿਹੜੀ ਆ ਉਹਨੂੰ ਡਿਮੋਰਲਾਈਜ਼ ਕੀਤਾ ਜਾਵੇ ਕਦੀ ਵੀ ਬਰਦਾਸ਼ਤ ਨਹੀਂ ਹੋਏਗਾ ਕਦੀ ਉਹ ਅਸੀਂ ਨਹੀਂ ਹੋਣ ਦੇਵਾਂਗੇ ਕਿਉਂਕਿ ਪੰਜਾਬ ਦੀ ਫੋਰਸ ਨੇ ਪੰਜਾਬ ਦੇ ਜਵਾਨਾਂ ਨੇ ਪੰਜਾਬ ਦੀ ਪੁਲਿਸ ਨੇ ਜੋ ਟੈਰਰਿਜ਼ਮ ਦੇ ਵਿੱਚ ਟਾਈਮ 'ਚ ਕੰਮ ਕੀਤਾ ਉਹ ਕਦੀ ਨਹੀਂ ਭੁਲਾਇਆ ਜਾ ਸਕਦਾ ਮੈਨੂੰ ਇਹ ਵੀ ਕਹਿਣ 'ਚ ਕੋਈ ਨਹੀਂ ਹੈਜੀਟੇਸ਼ਨ ਨਹੀਂ ਆ ਹੋਰ ਹੈਜੀਟੇਟ ਨਹੀਂ ਮੈਂ ਕਰਦਾ ਕਿ ਜੇ ਐਂਡ ਕੇ ਦੇ ਵਿੱਚ ਸਟੇਟ ਤੋੜ ਦਿੱਤੀ ਯੂ ਟੀ ਬਣਾ ਦਿੱਤੀ ਉੱਥੇ ਲੈਫਟੀਨੈਂਟ ਗਵਰਨਰ ਤੱਕ ਅਪੁਆਇੰਟ ਕਰ ਦਿੱਤਾ ਡੈਮੋਕ੍ਰੇਸੀ ਖਤਮ ਕਰ ਦਿੱਤੀ ਗਈ ਉਹਦੇ ਬਾਵਜੂਦ ਉੱਥੇ ਟੈਰਰਿਜ਼ਮ ਖਤਮ ਨਹੀਂ ਹੋ ਰਿਹਾ ਉੱਥੇ ਬੀ ਐੱਸ ਐੱਫ ਹੈ ਉੱਥੇ ਸਾਰੀਆਂ ਪੈਰਾਮਿਲਟਰੀ ਫੋਰਸਿਸ ਨੇ ਉੱਥੇ ਆਰਮੀ ਵੀ ਲੱਗੀ ਆ ਅਤੇ ਅਸੀਂ ਤਾਂ ਪੰਜਾਬ ਦੇ ਵਿੱਚ ਆਪ ਹੀ ਹੈਗੇ ਸੀਗੇ ਅਸੀਂ ਸਾਡੇ 'ਤੇ ਇੰਨੀ ਕੁ ਬੈਠੇ ਨੇ ਸਾਡੇ ਜਿਹੜੇ ਜਵਾਨ ਅੱਜ ਤੁਸੀਂ ਦੇਖੇ ਜਿਹੜੇ ਸ਼ਹੀਦ ਜਿਹਨਾਂ 'ਤੇ ਆਏ ਆ 1700 ਤੋਂ ਉੱਪਰ ਸ਼ਹੀਦ ਜਿਹੜੇ ਹੋਏ ਨੇ ਅਤੇ ਉਹਨਾਂ ਆਪਣੀ ਸ਼ਹਾਦਤ ਦਿੱਤੀ ਹੈ ਅਤੇ ਅੱਜ ਉਹਨਾਂ ਦੀ ਸ਼ਹਾਦਤ ਨੂੰ ਇਹ ਕਹਾਂਗੇ ਕਿ ਸਾਨੂੰ ਬੀ ਐੱਸ ਐੱਫ ਕਰੇ ਕਿ ਵੇਖੋ 50 ਕਿਲੋਮੀਟਰ ਦਾ ਮਤਲਬ ਸਾਡਾ 50 ਕੁ ਹਜ਼ਾਰ ਅਤੇ ਉਹਦੇ 'ਚ ਇਹ ਚੀਜ਼ ਆ ਕਿ ਪੰਜਾਬ ਦੀਆਂ ਜਿਹੜੀਆਂ ਇਹਨੇ ਜਿਹੜੇ ਸ਼ਹੀਦ ਹੋਏ ਸ਼ਹਾਦਤ ਦਿੱਤੀ ਅਤੇ ਉਹਨੂੰ ਆਪਾਂ ਇਹ ਕਹਾਂਗੇ ਕਿ ਅਸੀਂ ਆਪਣੀ ਸਿਕਿਉਰਿਟੀ ਆਪ ਨਹੀਂ ਕਰ ਸਕਦੇ ਇਹ ਤਾਂ ਕਦੀ ਵੀ ਨਹੀਂ ਹੋ ਸਕਦਾ ਪੰਜਾਬੀਆਂ ਨੇ ਹਮੇਸ਼ਾ ਹਿੰਦੁਸਤਾਨ ਦੀ ਆਜ਼ਾਦੀ ਲਈ ਸਭ ਤੋਂ ਜ਼ਿਆਦਾ ਜੇ ਕੁਰਬਾਨੀਆਂ ਹੋਈਆਂ ਨੇ ਅਤੇ ਜੇ ਸਭ ਤੋਂ ਵੱਡੀ ਚੀਜ਼ ਮੈਂ ਇਹ ਕਹਾਂਗੇ 65 ਜਾਂ 71 ਦੀ ਵਾਰ ਪੰਜਾਬੀ ਨੇ ਇਹ ਕਿਹਾ ਸੀ ਕਿ ਫੌਜ ਨੂੰ ਕਿ ਤੁਸੀਂ ਆਪ ਨੇ ਆਪਣਾ ਖਾਣਾ ਬਣਾਉਣਾ ਅਸੀਂ ਪਿੰਡਾਂ 'ਚੋਂ ਤੁਹਾਡੇ ਕੋਲ ਲੈ ਕੇ ਦੇ ਅਤੇ ਲਾਸਟ ਬੰਕਰ ਤੱਕ ਉਹ ਖਾਣਾ ਜਾ ਕੇ ਤਿਆਰ ਹੁੰਦਾ ਰਿਹਾ ਅਤੇ ਉੱਥੇ ਉਹਨਾਂ ਨੂੰ ਪਹੁੰਚਾਉਂਦੇ ਰਹੇ ਮੈਨੂੰ ਅੱਜ ਵੀ ਯਾਦ ਹੈ 71 ਦੀ ਵਾਰ 'ਚ ਜਿਹੜਾ ਉਹਨਾਂ ਦਾ ਪੁਲ ਜਿਹੜਾ ਸੀ ਸਾਡੇ ਉੱਥੇ ਰਾਵੀ ਬਿਆਸ ਰਾਵੀ ਪੁਲ ਸੀਗਾ ਅਤੇ ਉਹਨੂੰ ਡਬਲ ਪੁਲ ਕਹਿੰਦੇ ਨੇ ਉੱਪਰ ਦੀ ਟ੍ਰੇਨ ਸੀ ਅਤੇ ਨੀਚੇ ਦੀ ਜਿਹੜੀ ਰੋਡ ਦਾ ਜਿਹੜਾ ਚੱਲਦਾ ਸੀ ਉਹ ਜਦੋਂ ਕੈਪਚਰ ਕੀਤਾ ਅਤੇ ਉਸ ਵੇਲੇ ਜਿਹੜਾ ਉੱਥੇ ਨੈਸ਼ਨਲ ਫਲੈਗ ਬਣਾਇਆ ਸੀ ਉੱਥੋਂ ਦੇ ਇੱਕ ਸਾਡੇ ਉਹਨਾਂ ਦੀ ਦੁਕਾਨ ਸੀ ਛੋਟੀ ਜਿਹੀ ਮੈਨੂੰ ਨਾ ਭੁੱਲ ਗਿਆ ਉਹ ਜਦੋਂ ਆਪਣੀ ਮਸ਼ੀਨ ਲੈ ਕੇ ਲੈਣ ਲਈ ਆਇਆ ਅਤੇ ਉਹਨਾਂ ਨੇ ਤਿਆਰ ਕਰਕੇ ਅਤੇ ਉਹ ਉੱਥੇ ਨੈਸ਼ਨਲ ਫਲੈਗ ਲਗਾਇਆ ਅਤੇ ਇਹ ਜਿਹੜੀਆਂ ਚੀਜ਼ਾਂ ਨੂੰ ਜੇ ਅਸੀਂ ਇਹ ਕਹੀਏ ਕਿ ਯਾਰ ਪੰਜਾਬੀਆਂ ਦੀ ਦੇਸ਼ ਭਗਤੀ ਚੁੱਕੀ ਕਰ ਗਿਆ ਅਤੇ ਇਹ ਤਾਂ ਕਦੀ ਬਰਦਾਸ਼ਤ ਨਹੀਂ ਹੋਏਗਾ ਵੇਖੋ ਜਿੰਨੀ ਦੇਰ ਉਹ ਰਹੇ ਨੇ ਚੀਫ ਮਿਨਿਸਟਰ ਚਿੰਤਾ ਉਦੋਂ ਕਰਨ ਦੀ ਜ਼ਰੂਰਤ ਸੀ ਜਦੋਂ ਚਲੇ ਗਏ ਇੰਨੇ ਤਾਂ ਗ੍ਰਹਿ ਉਹਨਾਂ ਕੋਲ ਹੀ ਰਿਹਾ ਅਤੇ ਉਦੋਂ ਉਹਨਾਂ ਨੇ ਚਿੰਤਾ ਨਹੀਂ ਕੀਤੀ ਅਤੇ ਮੈਨੂੰ ਨਹੀਂ ਪਤਾ ਕਿ 1 ਮਹੀਨੇ ਦੇ ਵਿੱਚ ਉਹਨਾਂ ਨੂੰ ਪੰਜਾਬ 'ਚ ਏਡੀ ਕੀ ਲੱਗਣ ਲੱਗ ਪਿਆ ਕਿ ਪੰਜਾਬ ਸਿਕਿਉਰ ਨਹੀਂ ਹੈ ਤਾਂ ਮਤਲਬ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੀ ਸਿਕਿਉਰਿਟੀ ਸੀ ਅਤੇ ਜਿਸ ਦਿਨ ਉਹ ਚਲੇ ਗਏ ਨਾਲ ਹੀ ਸਿਕਿਉਰਿਟੀ ਲੈ ਗਈ ਇਹਦੀ ਵੀ ਦੇਖਣ ਵਾਲੀ ਗੱਲ ਹੈ ਕਿ ਦੇਖਾਂਗੇ ਕਿ ਕਿਉਂ ਉਹ ਇਹੋ ਜਿਹੀਆਂ ਸਟੇਟਮੈਂਟਾਂ ਦੇ ਰਹੇ ਨੇ ਅਤੇ ਨਾਲ ਦੀ ਨਾਲ ਹੀ ਉਹਨਾਂ ਨੇ ਕਿਤੇ ਉਹਨਾਂ ਨੇ ਇਹੋ ਜਿਹੇ ਤਾਂ ਕੋਈ ਕਿਹਾ ਕਿ ਜਿਹਦੇ ਨਾਲ ਸਿਕਿਉਰਿਟੀ ਖਤਰੇ 'ਚ ਪੈ ਗਈ ਇਹਦਾ ਵੀ ਇਹ ਵਿਆਖਿਆ ਤੁਹਾਡੇ ਜਿਹੜਾ ਕੁਐਸਚਨ ਜਿਹੜਾ ਵੇਖੋ ਟੇਕ ਓਵਰ ਨਹੀਂ ਕੀਤਾ ਅਜੇ ਤੇ ਅਖਬਾਰਾਂ 'ਚ ਹੀ ਗੱਲਾਂ ਨੇ ਮੈਂ ਉਸ ਦਿਨ ਗਿਆ ਅਤੇ ਮੇਰਾ ਖਿਆਲ ਹੈ ਕਿ ਬੀ ਐੱਸ ਐੱਫ ਨਾਲੋਂ ਸਾਡੀ ਸਿਕਿਉਰਿਟੀ ਜ਼ਿਆਦਾ ਟਾਈਟ ਸੀ ਜੇ ਫਸਟ ਲੈ ਲਈਏ ਜਿਹੜਾ ਫਸਟ ਡਿਫੈਂਸ ਲਾਈਨ ਉੱਥੇ ਬੀ ਐੱਸ ਐੱਫ ਹੈ ਉੱਥੇ ਤਾਂ ਰਾਤ ਨੂੰ ਮੇਰੇ ਖਿਆਲ ਡੀ ਜੀ ਪੀ ਸਾਹਿਬ ਵੀ ਸਾਡੇ ਜਾਣ ਇਹਨਾਂ ਨੂੰ ਵੀ ਨਹੀਂ ਅਲਾਓ ਕਰਨਗੇ ਅਤੇ ਜੇ ਫੈਂਸਿੰਗ ਦੇ ਅਗਲੇ ਵੀ ਪਾਸੇ ਵੀ ਜਾਣਾ ਹੋਏ ਮੈਂ ਜਾਂਦਾ ਰਹਿੰਦਾ ਉੱਥੇ ਮੇਰੇ ਆਪਣੇ ਪਿੰਡ ਨੇ ਅਤੇ ਮੇਰਾ ਵੀ ਮੋਬਾਈਲ ਜਿਹੜਾ ਉਹ ਬਾਹਰ ਰਖਵਾ ਲੈਂਦੇ ਕਿ ਤੁਸੀਂ ਅੰਦਰ ਫੋਟੋਗ੍ਰਾਫੀ ਨਹੀਂ ਕਰ ਸਕਦੇ ਤੁਹਾਡੇ ਗਨਮੈਨ ਨਹੀਂ ਜਾ ਸਕਦੇ ਅਤੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਜੇ ਇੰਨਾ ਕੁਝ ਹੋਣ ਦੇ ਬਾਵਜੂਦ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਆਉਂਦੇ ਨੇ ਜਾਂ ਕੋਈ ਅਸਲਾ ਆ ਜਾਂਦਾ ਜਾਂ ਹੈਰੋਇਨ ਆਉਂਦੀ ਆ ਅਤੇ ਇਹ ਤਾਂ ਫਿਰ
ਉਹਨਾਂ ਨੂੰ ਵੇਖਣਾ ਚਾਹੀਦਾ ਗਵਰਨਮੈਂਟ ਆਫ ਇੰਡੀਆ ਨੂੰ ਕਿ ਇੰਨਾ ਬਾਰਡਰ ਸੀਲ ਕਰਦੇ ਬਾਵਜੂਦ ਜੇ ਤੁਸੀਂ ਇੱਕ ਫੈਂਸ ਨੂੰ ਇੱਕ ਤਾਰ ਜਿੱਥੇ ਲਾਈਏ ਉਹਨੂੰ ਨਹੀਂ ਕਰ ਸਕਦੇ ਤਾਂ ਤੁਸੀਂ 50 ਕਿਲੋਮੀਟਰ ਅੰਦਰ ਆ ਕੇ ਕਿਹੜਾ ਐਡਾ ਵੱਡਾ ਮਾਰਕਾ ਮਾਰ ਲਓਗੇ? ਪੰਜਾਬ ਪੁਲਿਸ ਦੀ ਤਾਂ ਤੁਸੀਂ ਮੈਨੂੰ ਪੁੱਛਣ ਦੀ ਬਜਾਏ ਤੁਹਾਡੇ ਨਾਲ ਕੈਮਰੇ ਸੀਗੇ, ਤੁਸੀਂ ਮੇਰੇ ਤੋਂ ਹੀ ਬਿਨਾਂ ਜਾਓ ਉੱਥੇ ਤੁਸੀਂ ਜਾ ਕੇ ਦੇਖੋਗੇ ਕਿ ਜਿਹੜੀ ਸੈਕਿੰਡ ਡਿਫੈਂਸ ਲਾਈਨ ਹੈ ਉੱਥੇ BSF ਅਤੇ ਪੰਜਾਬ ਪੁਲਿਸ ਹੈ, ਉਹਦੇ ਇੱਕ ਥਰਡ ਡਿਫੈਂਸ ਲਾਈਨ ਬਣਾਈ ਗਈ ਉਹਦੇ 'ਤੇ ਪੂਰੀ ਦੀ ਪੂਰੀ ਪੰਜਾਬ ਪੁਲਿਸ ਰਾਤ ਨੂੰ ਉੱਥੇ ਖੜ੍ਹੀ ਹੁੰਦੀ ਆ ਔਰ ਬੁਲਟ ਪਰੂਫ ਟਰੈਕਟਰ ਜਾਂ ਹੋਰ ਜਿਹੜੇ ਕੋਈ ਹੈਗੇ ਸਾਰੀਆਂ ਚੀਜ਼ਾਂ ਉੱਥੇ ਅਸੀਂ ਖੜ੍ਹੀਆਂ ਕੀਤੀਆਂ। ਇਸ ਕਰਕੇ ਸਾਡੀ ਪੁਲਿਸ ਜਿਹੜੀ ਆ ਉਹ ਆਪਣੀ ਸਿਕਿਉਰਿਟੀ ਆਪਣੇ ਪੰਜਾਬ ਦੀ ਸਿਕਿਉਰਿਟੀ ਕਰਨ ਲਈ ਪੂਰੀ ਕੰਪੀਟੈਂਟ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਂ ਪਾਰਟੀ ਬਣਾਈ ਜਾ ਰਹੀ ਹੈ ਜੀ, ਭਾਜਪਾ ਨਾਲ ਵੀ ਗੱਠਜੋੜ ਦੀਆਂ ਚਰਚਾਵਾਂ ਉਹਦੇ ਬਾਰੇ ਉਹਨਾਂ ਬਾਰੇ ਤਾਂ ਮੈਂ ਬਹੁਤ ਕੁਛ ਗੱਲ ਕਹਿ ਦਿੱਤਾ ਅਤੇ ਮੇਰਾ ਖਿਆਲ ਹੁਣ ਕੋਈ ਬਹੁਤੀ ਗੱਲ MLA ਸਾਹਿਬ ਵੀ ਬੈਠੇ ਨੇ, ਇਹਨਾਂ ਦੇ ਫਾਦਰ ਜਿਹੜੇ ਪੁਰਾਣੇ ਅਸੀਂ ਸਾਰੇ ਹੀ ਕੈਪਟਨ ਸਾਹਿਬ ਦੇ ਨਾਲ ਸੀ ਅਤੇ ਅੱਜ ਸ਼ਰਮ ਮਹਿਸੂਸ ਕਰ ਰਹੇ ਹਾਂ ਕਿ ਯਾਰ ਪੰਜਾਬੀਆਂ ਦੀ ਦੇਸ਼ ਭਗਤੀ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਮਹੀਨੇ 'ਚ ਹੀ ਸ਼ੱਕ ਹੋ ਗਿਆ। ਤੁਸੀਂ ਵੇਖਿਆ ਹੋਣਾ ਕਿ ਕੋਈ ਪਾਰਟੀ ਨਹੀਂ ਬੋਲ ਰਹੀ, ਉਹ ਭਾਜਪਾ ਹੀ ਬੋਲ ਰਹੀ ਹੈ, ਇੱਕ ਹੋਰ ਕੋਈ ਨਹੀਂ ਕਹਿ ਰਿਹਾ। ਜੇ ਦੇਸ਼ ਭਗਤੀ ਦੀ ਗੱਲ ਕਰੀਏ ਤਾਂ ਮੇਰਾ ਖਿਆਲ ਹੈ ਕਿ ਕੈਪਟਨ ਸਾਹਿਬ ਨੇ ਸਿੰਘੂ ਬਾਰਡਰ ਦੇ ਉੱਤੇ ਭਾਜਪਾ ਨਹੀਂ ਬੋਲੀ, ਆਹ ਜਿਹੜੇ ਉੱਥੇ ਕਤਲ ਹੋਇਆ ਉੱਥੇ ਕੈਪਟਨ ਅਮਰਿੰਦਰ ਸਿੰਘ ਬੋਲਿਆ, ਜਿੱਥੇ ਕੈਪਟਨ ਅਮਰਿੰਦਰ ਸਿੰਘ ਨਹੀਂ ਬੋਲਦਾ ਉੱਥੇ ਭਾਜਪਾ ਬੋਲਦੀ ਆ। ਇਹ ਵੀ ਕੈਪਟਨ ਸਾਹਿਬ ਨੂੰ ਇਹਦਾ ਜਵਾਬ ਦੇਣਾ ਪਏਗਾ ਕਿ 4.5 ਸਾਲ ਉਹਨਾਂ ਨੇ ਪੰਜਾਬ 'ਚ ਇਹਦਾ ਮਤਲਬ ਮਿਸਰੂਟ ਕਰਕੇ ਗਏ ਨੇ, ਪੰਜਾਬ ਦੀ ਸਿਕਿਉਰਿਟੀ ਨੂੰ ਖਤਰੇ 'ਚ ਪਾ ਕੇ ਗਏ ਨੇ ਕਿ ਉਹਨਾਂ ਦੇ ਉੱਤਰਦੇ ਇੱਕ ਮਹੀਨੇ 'ਚ ਪੰਜਾਬ ਜਿਹੜਾ ਖਤਰੇ 'ਚ ਆ ਗਿਆ। ਇਹ ਬੜੀ ਵੱਡੀ ਗੱਲ ਆ, ਕੈਪਟਨ ਸਾਹਿਬ ਦੀ ਜਿਹੜੀ ਇੰਟੈਗਰਿਟੀ ਆ ਮੈਨੂੰ ਤਾਂ ਉਹ ਵੀ ਡਾਊਟਫੁੱਲ ਲੱਗਣ ਲੱਗ। ਮੈਂ ਤਾਂ ਬਹੁਤ ਦੇਰ ਦਾ ਪਹਿਲਾਂ ਹੀ ਕਿਹਾ ਸੀ ਹਟਾ ਦਿਓ, ਪਤਾ ਨਹੀਂ ਕਾਂਗਰਸ ਨੇ ਇੰਨੀ ਦੇਰ ਕਿਉਂ ਲਾ ਦਿੱਤੀ। ਜਿਹੜੀ ਤੁਸੀਂ ਅਰੋਸਾ ਵਾਲੀ ਗੱਲ ਕੀਤੀ ਆ, ਦੇਖੋ ਜਿਹੜੀਆਂ ਮੈਂ ਜਿਹੜੇ ਕਰਾਂਗੇ ਉਹ ਹੁਣ ਇਹਨਾਂ ਨੇ ਕੱਲ ਦੀਆਂ ਜਦੋਂ ਦੀਆਂ ਗੱਲਾਂ ਕੀਤੀਆਂ ਕਿ ISI ਤੋਂ ਖਤਰਾ, ਅਤੇ ਉਹ ਬੀਬੀ ਜੀ ਦਾ ਵੀ ਹੁਣ ਦੇਖਾਂਗੇ ਕਿ ਉਹਨਾਂ ਦਾ ਕੀ ਰਿਲੇਸ਼ਨ ਸੀਗੇ। ਉਹਨਾਂ ਦੇ ਉੱਥੋਂ ਦੇ ਜਰਨਲਿਸਟ ਦੀ ਉਹਦੇ 'ਤੇ ਸਾਰੀ ਇੰਟਰਵਿਊ ਆਈ ਹੈ, ਉਹਦੇ 'ਚ ਇਹ ਹੁਣ ਮੈਂ ਇਹੀ ਕਰੂੰਗਾ ਕਿ ਕੈਪਟਨ ਸਾਹਿਬ 4.5 ਸਾਲ ਜਿਹੜੀਆਂ ਗੱਲਾਂ ਦਿੰਦੇ ਰਹੇ ਨੇ ਕਿ ਜੀ ਡਰੋਨ ਆ ਰਹੇ ਨੇ, ਕੋਈ ਹੋਰ ਚੀਜ਼ਾਂ ਆ ਰਹੀਆਂ ਨੇ, ਇਹ ਵੀ DGP ਸਾਹਿਬ ਨੂੰ ਕਹਾਂਗੇ ਕਿ ਇਹਦੀ ਵੀ ਆਪਾਂ ਕਰੀਏ ਕਿ ਇਹਦੇ ਪਿੱਛੇ ਕੀ ਮੋਟਿਵ ਸੀਗਾ ਕਿ ਕੈਪਟਨ ਸਾਹਿਬ ਨੇ ਪਹਿਲਾਂ ਤਾਂ ਗਰਾਊਂਡ ਬਣਾ ਦਿੱਤੀ ਬਾਅਦ 'ਚ BSF ਲਵਾ ਦਿੱਤੀ ਜਾਂਦੇ ਹੀ।